ਸਾਰੇ ਅੰਮ੍ਰਿਤਸਰ 'ਚ ਡਿਵੈਲਪਮੈਂਟ ਦੀ ਬਹੁਤ ਚਾਹ ਆ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਸਾਰੀ ਡਿਸਕਸ਼ਨ ਡਿਵੈਲਪਮੈਂਟ 'ਤੇ ਹੋ ਰਹੀ ਆ। ਜਿਹੜਾ ਭਾਰਤ 'ਚ ਵਿਕਾਸ ਹੋ ਰਿਹਾ ਉਹ ਅੰਮ੍ਰਿਤਸਰ 'ਚ ਵੀ ਹੋਣਾ ਚਾਹੀਦਾ ਆ। ਇੱਥੇ ਮੈਨੂੰ ਲੋਕਾਂ ਨੇ ਦੱਸਿਆ ਕਿ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ, ਇੱਥੇ ਡਰੱਗਸ ਦੀ ਪ੍ਰੋਬਲਮ ਹੈ, ਇੱਥੇ ਜਿਹੜੀਆਂ ਇਨਕਮਾਂ ਨੇ ਕਿਸਾਨਾਂ ਦੀਆਂ ਉਹ ਨਹੀਂ ਵੱਧ ਰਹੀਆਂ। ਅਤੇ ਮੈਂ ਤਾਂ ਕਲੀਅਰ ਕੱਟ ਸਿੰਪਲ ਪ੍ਰਪੋਜ਼ਲ ਰੱਖੀਆਂ ਨੇ ਸਾਹਮਣੇ ਕਿ ਜਿਹੜੀ ਐਗਜ਼ਿਸਟਿੰਗ ਫਲ ਫਰੂਟ ਉਹਨਾਂ ਨਾਲ ਹੀ ਸਾਡੇ ਕਿਸਾਨਾਂ ਦੀਆਂ ਇਨਕਮਾਂ 10 ਤੋਂ 15 ਗੁਣੇ ਵੱਧ ਸਕਦੀਆਂ ਨੇ। ਤੁਸੀਂ ਦੋ ਕਹੋਗੇ ਤਾਂ ਮੈਂ ਉਦਾਹਰਣ ਵੀ ਦੇ ਦੇਵਾਂਗਾ। ਉਹਦੇ 'ਤੇ ਆਪਾਂ ਜਿਹੜੀ ਕਾਰਗੋ ਫੈਸਿਲਿਟੀ ਆ ਆਪਣੇ ਰਾਜਾ ਸਾਂਸੀ ਇੱਥੇ ਨਾਲ ਹੀ ਆ, ਉਹ ਸਿਰਫ 20% ਯੂਜ ਹੋ ਰਹੀ ਹੈ, ਉਹਨੂੰ ਅਸੀਂ 100% ਕਰਵਾਈਏ। ਤੁਹਾਨੂੰ ਪਤਾ ਇੱਕ ਵੀ ਕਾਰਗੋ ਫਲਾਈਟ ਨਹੀਂ ਚੱਲਦੀ, ਇੱਥੋਂ ਕਾਰਗੋ ਫਲਾਈਟਾਂ ਚਲਾਵਾਂਗੇ, ਇੱਥੋਂ ਦੀ ਕਨੈਕਟੀਵਿਟੀ ਵਧਾਵਾਂਗੇ। ਉਹਦੇ ਨਾਲ 1.5 ਲੱਖ ਹੀ ਨਹੀਂ, ਇੱਥੇ 3-3 ਲੱਖ 4-4 ਲੱਖ ਟੂਰਿਸਟ ਆਉਣਾ ਸ਼ੁਰੂ ਹੋਏਗਾ। ਅਤੇ ਤੁਸੀਂ ਹਿਸਾਬ ਕਿਤਾਬ ਖੁਦ ਲਾ ਲਓ ਕਿ ਉਹਦੇ ਨਾਲ ਅੰਮ੍ਰਿਤਸਰ ਦਾ ਭਲਾ ਹੋਏਗਾ ਕਿ ਨਹੀਂ ਹੋਏਗਾ। ਮਜੀਠਾ ਜਿਹੜਾ ਅਕਾਲੀ ਦਲ ਦਾ ਕਈ ਦਹਾਕੇ ਤੋਂ ਗੜ ਮੰਗਿਆ ਸਰ ਮੰਨਿਆ ਗਿਆ ਸੀ, ਪਰ ਅੱਜ ਦਾ ਇਕੱਠ ਵੇਖ ਕੇ ਕੁਝ ਹੋਰ ਨਜ਼ਰ ਆ ਰਿਹਾ। ਦੇਖੋ ਪੋਲੀਟਿਕਸ 'ਚ ਜ਼ਿਆਦਾ ਗੱਲ ਨਹੀਂ ਕਰਨੀ, ਇਹ ਕਿਹਦਾ ਗੜ ਹੈ ਕਿਹਦਾ ਨਹੀਂ। ਸ਼੍ਰੋਮਣੀ ਅਕਾਲੀ ਦਲ ਦੀ ਬੜੀ ਪੁਰਾਣੀ ਹਿਸਟਰੀ ਆ, SGPC ਦੀ ਬੜੀ ਪੁਰਾਣੀ ਹਿਸਟਰੀ ਆ। ਤੁਹਾਨੂੰ ਪਤਾ ਆ ਕਿ ਜਦੋਂ ਪਹਿਲੀਆਂ ਇਲੈਕਸ਼ਨਾਂ ਹੋਈਆਂ SGPC ਦੀਆਂ 1926-27 'ਚ, ਉਦੋਂ ਪਹਿਲੀ ਵਾਰੀ ਸਾਡੀ ਭੈਣਾਂ ਨੂੰ ਵੋਟਾਂ ਮਿਲੀਆਂ। ਇਹੋ ਜਿਹੀ ਪ੍ਰਾਊਡ ਹਿਸਟਰੀ ਨਾਲ ਕਈ ਤਕੜੇ ਲੀਡਰ SGPC ਨੇ ਅਮਰੀਕਾ ਭਿਜਵਾਏ ਸਕਾਲਰਸ਼ਿਪ ਦੇ ਕੇ ਪੜ੍ਹਨ। ਪ੍ਰਤਾਪ ਸਿੰਘ ਕੈਰੋਂ, ਸਰਦਾਰ ਪ੍ਰਤਾਪ ਸਿੰਘ ਕੈਰੋਂ ਵੀ ਉਹਨਾਂ 'ਚ ਇੱਕ ਸੀਗੇ, ਸਰਦਾਰ ਸਵਰਨ ਸਿੰਘ ਵੀ ਸੀਗੇ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਹੁਣ ਕਿਸੇ ਨੂੰ SGPC ਸਕਾਲਰਸ਼ਿਪ ਦਿੰਦੀ ਆ? ਕਿਉਂ ਨਹੀਂ ਦਿੰਦੀ? ਆਪਣੀ ਜਿਹੜੀ ਤਾਕਤ ਆ, ਜਿਹੜੇ ਲੋਕਾਂ ਦੇ ਪੈਸੇ ਨੇ ਉਹ ਲੋਕਾਂ ਦੇ ਭਲੇ 'ਚ ਲਗਾਉਣੇ ਚਾਹੀਦੇ ਆ। ਮੈਂ ਤਾਂ ਸਿਰਫ ਇਹੋ ਹੀ ਕਹਾਂਗਾ, ਗੜ ਜਿਹਦਾ ਵੀ ਹੋਵੇ ਆਪਣੀ ਗੱਲ ਵਿਕਾਸ ਦੀ ਆ। ਅਤੇ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ 'ਚ ਇਹ ਬਿਲਕੁਲ ਕਲੀਅਰ ਹੋ ਜਾਏਗਾ ਕਿ ਲੋਕ ਇੱਥੇ ਵਿਕਾਸ ਦੀ ਗੱਲ ਕਰਨਗੇ। ਦੂਜੇ ਪਾਸੇ ਅੱਜ ਕੱਲ੍ਹ ਕਿਸਾਨ ਵੀ ਵਿਰੋਧ ਕਰ ਰਹੇ ਨੇ, ਬਾਹਰ ਵੀ ਰੋਡ 'ਤੇ ਕਿਸਾਨ ਬੈਠੇ ਹੋਏ ਨੇ, ਕੀ ਚੱਕਰ ਕੀ? ਦੂਜੇ ਪਾਸੇ ਇਹ ਜਿਹੜੇ ਖੜੇ ਨੇ ਇਹ ਲੋਕ ਕੌਣ ਨੇ ਫਿਰ? ਇਸ ਤਰ੍ਹਾਂ ਹੈ ਕਿ ਮੈਨੂੰ ਤਾਂ ਨਹੀਂ ਪਤਾ ਕਿਉਂ ਵਿਰੋਧ ਕਰ ਰਹੇ ਨੇ ਜੀ। ਮੈਂ ਤਾਂ ਤੁਹਾਡੇ ਸਾਹਮਣੇ ਬਾਰ ਬਾਰ ਇਹੋ ਹੀ ਗੱਲ ਕਰ ਰਿਹਾ ਕਿ ਸਾਡੇ ਕਿਸਾਨਾਂ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ, ਲੇਕਿਨ ਮੈਂ ਕਦੀ ਨਹੀਂ ਇਹ ਦੇਖਿਆ ਕਿ ਉਹਨਾਂ ਨੇ ਕਿਹਾ ਕਿ ਇੱਥੋਂ ਦੀ ਕਾਰਗੋ ਫੈਸਿਲਿਟੀ ਸਿਰਫ 20% ਯੂਜ਼ ਹੋ ਰਹੀ ਆ, ਕਿ ਸਾਡੇ ਕਿਸਾਨਾਂ ਦਾ ਇਹ ਸਬਜ਼ੀਆਂ ਜਿਹੜੀਆਂ ਇੱਥੇ ਉਗਾਈਆਂ ਜਾਂਦੀਆਂ ਨੇ, ਮਟਰ, ਟਮਾਟਰ, ਗੋਭੀ, ਆਪਣੇ ਅਮਰੂਦ, ਇਹ ਪੱਤਰਨਾਕ, ਇਹ ਕਦੀ ਇਹਨਾਂ ਨੇ ਇਹ ਡਿਮਾਂਡ ਕੀਤੀ ਆ ਕਿ ਇੱਥੇ ਐਗਰੋ ਬੇਸਡ ਇੰਡਸਟਰੀ ਵੀ ਲੱਗਣੀ ਚਾਹੀਦੀ ਆ? ਮਟਰ, ਮਟਰਾਂ ਦੀ ਪ੍ਰੋਸੈਸਿੰਗ ਪਲਾਂਟ, ਆਪਣੇ ਪੱਤਰਨਾਕ ਦਾ ਪ੍ਰੋਸੈਸਿੰਗ ਪਲਾਂਟ, ਬਈ ਜਿਹੜਾ ਦੇਖੋ, ਮੈਂ ਵੀ ਆਪ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦਾ, ਮੇਰੇ 'ਚ ਵੀ ਲਹੂ ਕਿਸਾਨਾਂ ਦਾ ਹੀ ਆ, ਇਸ ਲਈ ਮੈਂ ਤਾਂ ਗਾਂ ਉਹਨਾਂ ਦੇ ਫਾਇਦੇ ਤੇ ਅੰਮ੍ਰਿਤਸਰ ਦੇ ਫਾਇਦੇ ਲਈ ਗੱਲ ਕਰਾਂਗਾ। ਅੱਜ ਦੇ ਪ੍ਰੋਗਰਾਮ 'ਚ ਕਿਸਾਨ ਵੀ ਮੌਜੂਦ ਸੀ ਜੀ?
ਬਿਲਕੁਲ ਸੀਗੇ, ਤੁਸੀਂ ਸੁਣਿਆ ਮੈਨੂੰ, ਮੈਂ ਤਾਂ ਬਾਰਡਰ ਤੱਕ ਗਿਆ, ਕਿਸਾਨਾਂ ਨਾਲ ਗੱਲ ਵੀ ਕੀਤੀ, ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਤੇ ਅਗਰ ਉਹਦੇ 'ਚ ਕੁਛ ਇਹ ਵਧਾਉਂਦੇ ਨੇ, ਕੁਛ ਦੱਸਦੇ ਨੇ ਕਿ ਸਾਡੀਆਂ ਮੁਸ਼ਕਲਾਂ ਨੇ, ਤੇ ਮੈਂ ਤਾਂ ਕਦੀ ਵੀ ਰੈਡੀ ਹਾਂ। ਲੇਕਿਨ ਮੈਂ ਟੈਲੀਵਿਜ਼ਨ ਪਿੱਛੇ ਲੱਗਾ ਹੋਵੇ ਤੇ ਸਾਡੇ ਨਾਲ ਗੱਲ ਕਰੋ, ਉਹ ਤਾਂ ਫਿਰ ਆਪਣੀਆਂ ਫੋਟੋਆਂ ਖਿਚਾਉਣ ਤੇ ਉਹ ਦੂਜੇ ਚੀਜ਼ਾਂ 'ਚ ਨੇ। ਤੇ ਬਾਕੀ ਤੁਹਾਨੂੰ ਪਤਾ ਆ ਕਿ ਜਿਹੜੀ ਤਾਰ ਵਾਲੀ ਕੰਡੀ ਵਾਲੀ ਪ੍ਰੋਬਲਮ ਹੈ, ਉਹਦੇ 'ਤੇ ਤਾਂ ਅਸੀਂ ਪਹਿਲਾਂ ਹੀ ਲੱਗੇ ਹੋਏ ਹਾਂ। ਇੱਥੋਂ ਦੇ ਇੰਨੇ ਨੇਤਾ ਨੇ, ਉਹ ਸਿਰਫ ਇੰਸਪੈਕਸ਼ਨ ਹੀ ਕਰਦੇ ਰਹਿੰਦੇ ਨੇ। ਮੈਂ ਤੁਹਾਨੂੰ ਇਹ ਵਾਅਦਾ ਕਰਦਾ ਹਾਂ ਕਿ ਅਗਰ ਮੈਂ ਇੱਥੋਂ ਦਾ MP ਬਣਿਆ ਤੇ ਇਹ ਸਾਰੀਆਂ ਜਿਹੜੀਆਂ ਕਿਸਾਨਾਂ ਦੀਆਂ ਤੇ ਹੋਰ ਸਾਡੇ ਭਰਾਵਾਂ ਦੀਆਂ ਔਰ ਮਜੀਠੇ ਦੇ, ਦੇਖੋ ਇੱਥੇ ਮਜੀਠਾ ਮੰਡੀ ਵੀ ਹੈਗੀ ਆ, ਬੜਾ ਕੁਛ ਹੈਗਾ ਆ, ਆਪਾਂ ਸਾਰਿਆਂ ਦੀਆਂ ਪ੍ਰੋਬਲਮਸ ਸੁਣ ਕੇ, ਕਿਉਂਕਿ ਉਹਨਾਂ ਕੋਲ ਸੁਣਨਾ ਆ ਤੇ ਉਹ ਸੋਲਵ ਕਰਵਾਉਣ ਦੇ ਡਟ ਕੇ ਕਰਵਾਵਾਂਗੇ। ਸਰ ਲਾਸਟ ਸਵਾਲ ਹੈ, ਧਾਰੀਵਾਲ ਸਾਹਿਬ ਜੇਬ ਦੇ ਵਿੱਚੋਂ ਅਸੀਂ ਨਾਲੇ ਦਾ ਰਿਪੋਰਟ ਕਾਰਡ ਦਿਖਾਉਂਦੇ ਨੇ, ਲੋਕ ਸਭਾ ਦੀ ਇਲੈਕਸ਼ਨ ਲੜਨ ਜਾ ਰਹੇ ਆ, ਕੀ ਕਹਿਣਾ ਚਾਹੋਗੇ ਜੀ? ਉਹਨਾਂ ਦਾ ਰਿਪੋਰਟ ਕਾਰਡ ਦੇਖੋ, ਚੰਗੀ ਤਰ੍ਹਾਂ ਦੇਖੋ, ਤੁਸੀਂ ਅੰਮ੍ਰਿਤਸਰ ਦੀ ਕੀ ਹਾਲਤ ਹੈ, ਉਹ ਆਪ ਦੇ ਵੱਡੇ ਮੰਤਰੀ ਨੇ, ਅਗਰ ਇਹ ਮੁਸ਼ਕਲਾਂ ਇੱਥੇ ਹਾਲੇ ਵੀ ਨੇ, ਤੁਹਾਨੂੰ ਪਤਾ ਕਿਸੇ ਆਮ ਆਦਮੀ ਕੋਲ ਬਾਹਰ ਜਾ ਕੇ ਪੁੱਛ ਲਓ, ਉਹ ਤੁਹਾਨੂੰ ਆਪਣੀਆਂ ਮੁਸ਼ਕਲਾਂ ਦੱਸਣਗੇ ਕਿ ਧਾਲੀਵਾਲ ਸਾਹਿਬ ਉਹਦਾ ਵੀ ਰਿਪੋਰਟ ਕਾਰਡ ਦੇ ਦੇਣ। ਦੇਖੋ ਇਹ ਨਾਲਾ ਤਾਂ ਰਾਜਾ ਸਾਂਸੀ ਦੇ ਬਹੁਤ ਕਲੋਜ਼ ਹੈ, ਇਹਨਾਂ ਨੇ ਕਦੀ ਕੋਈ ਗੱਲ ਕੀਤੀ ਆ ਕਿ ਇੱਥੇ ਕਾਰਗੋ ਖੋਲ੍ਹਣਾ, ਇੱਕ ਪੂਰਾ ਜਿਹੜਾ ਕਾਰਗੋ ਫੈਸਿਲਿਟੀ ਆ ਉਹ ਚੱਲੇ ਤੇ ਜਿਹੜੀ ਰੇਲਵੇ ਲਿੰਕ ਹੈ ਉਹਨੂੰ ਬਣਾਈਏ, ਆਪਾਂ ਅੰਮ੍ਰਿਤਸਰ ਦੀ ਜਿਹੜੀ ਚੀਜ਼ ਉਗਾਉਂਦੇ ਹਾਂ ਬਾਹਰ ਵੀ ਪਹੁੰਚਾਈਏ। ਧੰਨਵਾਦ।